ਬੜੇ ਲੰਬੇ ਸਮੇਂ ਤੋਂ ਉਡੀਕ ਹੋ ਰਹੀ ਸੀ ਸਰਪੰਚੀ ਇਲੈਕਸ਼ਨ ਨੂੰ ਲੈ ਕੇ, ਅਤੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਬਸ ਤਰੀਕ ਦਾ ਐਲਾਨ ਹੋਣਾ ਬਾਕੀ ਹੈ। ਅਤੇ ਇਸੇ ਦੇ ਮੱਦੇਨਜ਼ਰ ਅੱਜ ਅਸੀਂ ਪਹੁੰਚੇ ਹਾਂ ਦਸੂਹਾ ਦੇ ਕੰਢੀ ਖੇਤਰ ਦੇ ਪਿੰਡ ਜੁਗਿਆਲ ਦੇ ਵਿੱਚ, ਕਿਉਂਕਿ ਕੰਢੀ ਖੇਤਰ ਦੇ ਜਿਹੜੇ ਲੋਕ ਨੇ ਇਹਨਾਂ ਦੀਆਂ ਸਮੱਸਿਆਵਾਂ ਵੀ ਦੂਸਰੇ ਪਿੰਡਾਂ ਨਾਲੋਂ ਅਲੱਗ ਨੇ। ਅਤੇ ਤੁਸੀਂ ਦੇਖ ਸਕਦੇ ਹੋ ਕਿ ਸੱਥ ਲੱਗੀ ਹੋਈ ਹੈ, ਪਿੰਡ ਵਾਸੀ ਸਾਰੇ ਇਕੱਤਰਿਤ ਹੋਏ ਨੇ, ਬੈਠੇ ਨੇ। ਅਤੇ ਇਸੇ ਵਿਸ਼ੇ 'ਤੇ ਆਪਾਂ ਗੱਲਬਾਤ ਕਰਾਂਗੇ, ਪੁੱਛਾਂਗੇ ਕਿ ਕਿਹੜੀ ਕਿਹੜੀ ਸਮੱਸਿਆਵਾਂ ਪਿੰਡ ਦੀਆਂ ਹੈ ਜੋ ਅਜੇ ਤੱਕ ਨਹੀਂ ਹੋਈਆਂ ਪੂਰੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਪੂਰੀਆਂ ਕਰਨਾ ਚਾਹੁੰਦੇ ਨੇ। ਸਰ, ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਵਿਜੇ ਕੁਮਾਰ। ਵਿਜੇ ਕੁਮਾਰ ਜੀ, ਤੁਹਾਡੇ ਪਿੰਡ ਵਿੱਚ ਕਿੱਦਾਂ ਦਾ ਉਤਸ਼ਾਹ ਲੋਕਾਂ ਦਾ ਸਰਪੰਚੀ ਨੂੰ ਲੈ ਕੇ? ਪਿੰਡ 'ਚ ਲੋਕਾਂ ਦਾ ਕਾਫੀ ਉਤਸ਼ਾਹ ਜੀ, ਹਰ ਪਿੰਡ 'ਚ ਹਰ ਲੋਕ ਸਾਰੇ ਚਾਹੁੰਦੇ ਕਿ ਵਧੀਆ ਵਿਕਾਸ ਹੋਵੇ। ਪੁਰਾਣੀ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਸੀਗੇ ਲੋਕ, ਉਹ ਪਾਰਟੀਆਂ ਨੂੰ ਛੱਡ ਕੇ ਪਿੱਛੇ ਹਟ ਕੇ ਲੋਕਾਂ ਨੂੰ ਇੱਕ ਸਹਿਮਤ ਹੋ ਕੇ ਬਸ ਪਾਰਟੀਆਂ ਨੂੰ ਅਲੱਗ ਰੱਖ ਕੇ ਅਤੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਅਤੇ ਪਿੰਡ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ। ਅਤੇ ਸਾਡਾ ਵੀ ਉਹੀ ਮੁੱਦਾ ਹੈ ਕਿ ਪਿੰਡ ਵਿੱਚ ਕੋਈ ਅਲੱਗ ਹਟ ਕੇ ਕੰਮ ਹੋਣ, ਜਿਵੇਂ ਬੱਚਿਆਂ ਵਾਸਤੇ ਲਾਇਬ੍ਰੇਰੀ ਵਗੈਰਾ ਹੋਵੇ, ਪਿੰਡ 'ਚ ਪਲੇਗਰਾਊਂਡ ਹੋਣ ਵਧੀਆ, ਅਤੇ ਜਿੱਦਾਂ ਕਮਿਊਨਿਟੀ ਹਾਲ ਵਗੈਰਾ ਹੋਣ। ਅਤੇ ਸਾਡਾ ਵੀ ਇੱਕ ਮੁੱਦਾ ਹੈ ਕਿ ਪਿੰਡ ਵਿੱਚ ਵਧੀਆ ਕੰਮ ਹੋਵੇ ਅਤੇ ਗਲੀਆਂ ਨਾਲੀਆਂ ਤਾਂ ਸਾਰੀ ਉਮਰ ਹੀ ਸੁਣਦੇ ਆਏ। ਸਭ ਤੋਂ ਵੱਡਾ ਮੁੱਦਾ ਸੀਗਾ ਸਾਡੇ ਪਿੰਡ ਦੇ ਵਿੱਚ ਪਾਣੀ ਦਾ, ਉਹ ਅੱਜ ਤੱਕ ਸਾਡਾ ਸਲੂਸ਼ਨ ਨਹੀਂ ਹੋ ਸਕਿਆ। ਬਿਲਕੁਲ, ਜਿਸ ਤਰ੍ਹਾਂ ਦੱਸਦੇ ਕਿ ਕੰਢੀ ਖੇਤਰ ਦੇ ਲੋਕਾਂ ਦੀ ਸਮੱਸਿਆਵਾਂ ਆਪਾਂ ਕਹਿ ਸਕਦੇ ਕਿ ਦੂਸਰੇ ਪਿੰਡਾਂ ਨੂੰ ਅਲੱਗ ਹੈ, ਪਾਣੀ ਦੀ ਸਮੱਸਿਆ ਬੜੇ ਚਿਰ ਦੀ ਫੇਸ ਕਰ ਰਹੇ, ਕਿ ਪਾਣੀ ਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਇੱਥੇ? ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਪਾਣੀ ਦੀ ਹੈਗੀ। ਅਸੀਂ ਮੇਰੀ ਵੀ ਏਜ 54 ਹੋਣ ਲੱਗੀ ਹੈ ਜੀ, ਅਤੇ ਅਸੀਂ ਪਾਣੀ ਦੀ ਹੀ ਸਮੱਸਿਆ ਦੇਖਦੇ ਹਾਂ। ਅਤੇ ਬਾਕੀ ਸਰ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਨਰਿੰਦਰ ਸਿੰਘ ਹੈ। ਨਰਿੰਦਰ ਸਿੰਘ ਜੀ, ਕੀ ਲੱਗਦਾ ਕਿ ਇਸ ਤਰ੍ਹਾਂ ਲੋਕਾਂ ਦੇ ਵਿੱਚ ਕੀ ਉਤਸ਼ਾਹ ਹੈਗਾ, ਔਰ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੱਸੋ ਕਿ ਜਿਹੜੀਆਂ ਅੱਜ ਤੱਕ ਤੁਹਾਡੀਆਂ ਪਿੰਡ ਦੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਬਣੀਆਂ ਹੋਈਆਂ ਪਿਛਲੇ ਸਮੇਂ ਤੋਂ? ਦੇਖੋ ਜੀ, ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਖਾਸਕਰ ਕੰਢੀ ਖੇਤਰ ਦੇ ਵਿੱਚ ਸਮੱਸਿਆ ਜੋ ਆਜ਼ਾਦੀ ਤੋਂ ਪਹਿਲਾਂ ਸੀਗੀਆਂ ਅੰਗਰੇਜ਼ਾਂ ਦੇ ਟਾਈਮ 'ਚ, ਉਹੀ ਸਮੱਸਿਆਵਾਂ ਅਜੇ ਹੁਣ ਜੋ ਦੀਆਂ ਤਿਉਂ ਹੈਗੀਆਂ। ਮੇਨ ਸਮੱਸਿਆ ਆ ਗਈ ਪਾਣੀ ਦੀ, ਐਜੂਕੇਸ਼ਨ ਦੀ, ਕੋਈ ਇੱਥੇ ਕੋਈ ਸਟੇਡੀਅਮ ਵਗੈਰਾ ਜਾਂ ਇੱਦਾਂ ਕੋਈ ਖੇਡ ਖੇਤਰ ਦਾ ਕੋਈ ਸਾਡੀ ਸੁਵਿਧਾ ਨਹੀਂ ਹੈ। ਬੱਚੇ ਪਲੱਸ ਟੂ ਤੋਂ ਬਾਅਦ ਜ਼ਿਆਦਾ ਆਰਮੀ ਦੇ ਵਿੱਚ ਜਾਣ ਦੇ ਕੋਈ ਐਜੂਕੇਸ਼ਨ ਹੱਬ ਨਹੀਂ ਹੈ ਸਾਡੇ ਇੱਧਰ। ਕੋਈ ਪਾਣੀ ਦੀ ਸਮੱਸਿਆ ਅੱਜ ਤੱਕ ਵੀ ਹੋਈ ਹੈ, ਜਿਹੜੀ ਕਿ ਖਾਸ ਕਰ ਸਾਡੇ ਹਰੀਜਨ ਮੁਹੱਲੇ ਨੂੰ ਬਿਲਕੁਲ ਪਾਣੀ ਜਿਹੜਾ ਕੈਨੀਆਂ 'ਚ ਜਾ ਕੇ ਦੂਰੋਂ ਦੂਜੇ ਨਲਕਿਆਂ ਤੋਂ ਜਾ ਕੇ ਲੈ ਕੇ ਆਉਂਦੇ ਨੇ, ਜਿੱਥੇ ਕਿਤੇ ਪਾਣੀ ਦੀ ਸੁਵਿਧਾ ਹੈਗੀ ਹੈ। ਕੀ ਲੱਗਦਾ ਕਿ ਇਸ ਵਾਰ ਹੋਰ ਕੀ ਤੁਸੀਂ ਨਵੀਂ ਚੀਜ਼ ਦੇਖਣਾ ਚਾਹੁੰਦੇ ਹੋ? ਨਵੀਂ ਚੀਜ਼ ਹੈ ਸਾਡੇ, ਦੇਖੋ ਜੀ, ਇੱਕ ਤਾਂ ਐਜੂਕੇਸ਼ਨ ਜਿਹੜਾ ਬੇਸ ਹੈ ਸਾਡੇ ਆਉਣ ਵਾਲੀ ਪੀੜ੍ਹੀ ਦਾ, ਉਹ ਸਾਡੇ ਇੱਧਰ ਬਹੁਤ ਕਮਜ਼ੋਰ ਹੈ। ਸਾਡੇ ਸਕੂਲਾਂ ਦੀ ਤੁਸੀਂ ਜਾ ਕੇ ਹਾਲਤ ਦੇਖੋ, ਬੱਚੇ ਜਿਹੜੇ ਮਿਡ ਡੇ ਮੀਲ ਕਰਦੇ ਨੇ ਉਹ ਥੱਲੇ ਬਹਿ ਕੇ ਭੁੰਜੇ ਕਰਦੇ, ਜਦਕਿ ਹੁਣ ਜਿਹੜਾ 21 ਸਦਵੀਂ ਜਾ ਰਹੀ ਹੈ। ਬਹੁਤ ਤੁਸੀਂ ਇੱਕ ਵਧੀਆ ਮੁੱਦਾ ਚੁੱਕਿਆ ਹੈ। ਦੇਖੋ, ਉਹਦੇ 'ਚ ਬੱਚੇ, ਮੈਂ ਇੱਕ ਵਾਰ ਇੱਕ ਸਕੂਲ 'ਚ ਗਿਆ, ਉੱਥੇ ਬੱਚੇ ਭੁੰਜੇ ਬਹਿ ਕੇ ਖਾ ਰਹੇ ਸੀ। ਲਾਇਆ ਤਾਂ ਜੀ ਉਹਨਾਂ ਨੂੰ ਕਮ ਸਮ ਉਹਨਾਂ 'ਚ ਇੱਦਾਂ ਚੇਅਰ ਸਿਸਟਮ ਹੋਵੇ ਜਾਂ ਹਾਲ ਬਣਿਆ ਹੋਵੇ, ਜਿੱਥੇ ਕੋਈ ਚਾਇਨਾ ਬੱਚਾ ਜਿਹੜਾ ਇੱਕ ਡਾਇਟ ਜਿਹੜੀ ਜੋ ਗਵਰਨਮੈਂਟ ਦਿੰਦੀ ਹੈ ਉਹ ਖਾ ਸਕੇ। ਅਤੇ ਕਈ ਇਹੋ ਜਿਹੀਆਂ ਛੋਟੀਆਂ ਛੋਟੀਆਂ ਸਮੱਸਿਆ ਹੈਗੀਆਂ, ਮੈਡੀਕਲ ਦੀ ਸੁਵਿਧਾ ਹੈਗੀ ਹੈ, ਇੱਥੋਂ 4 ਕਿਲੋਮੀਟਰ ਤੁਹਾਨੂੰ ਜਾਣਾ ਪੈਂਦਾ। ਬਜ਼ੁਰਗ ਆਦਮੀ ਜਾਂ ਕੋਈ ਗਰੀਬ ਆਦਮੀ ਜਾਣਾ ਜਿਹੜਾ ਬੜਾ ਉਹਦਾ ਵਾਸਤੇ ਔਖਾ ਹੁੰਦਾ। ਅਤੇ ਇਹੋ ਜਿਹੀ ਕੋਈ ਸਾਡੇ ਇੱਧਰ ਕੋਈ ਹੈ ਨਹੀਂ, ਸੁਵਿਧਾ ਨਹੀਂ ਹੈ। ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ। ਸਰ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਜੇਸ਼ ਕੁਮਾਰ ਜੀ। ਰਜੇਸ਼ ਕੁਮਾਰ ਜੀ, ਕਿਹੜੀਆਂ ਤੁਹਾਨੂੰ ਲੱਗਦੀਆਂ ਕਿ ਤੁਹਾਡੇ ਕੰਢੀ ਖੇਤਰ ਦੀਆਂ ਹੋਰ ਸਮੱਸਿਆਵਾਂ ਜਾਂ ਪਿਛਲੇ ਸਮੇਂ ਦੀ ਪੰਚਾਇਤਾਂ ਦੇ ਸਮੇਂ ਨਹੀਂ ਪੂਰੀ ਹੋਈਆਂ, ਜਿਹੜੀਆਂ ਆਉਣ ਵਾਲੇ ਸਮੇਂ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪੂਰੀਆਂ ਹੋਣੀਆਂ ਚਾਹੀਦੀਆਂ ਪਿੰਡ ਦੀਆਂ ਸਮੱਸਿਆਵਾਂ?
ਸਾਡੀ ਸਮੱਸਿਆ ਜ਼ਿਆਦਾ ਕਰਕੇ ਜੀ ਸਾਡੇ ਕੰਢੀ ਏਰੀਏ ਵਿੱਚ ਪਾਣੀ ਪੀਣ ਦੀ ਵੀ ਪ੍ਰੋਬਲਮ ਹੈਗੀ ਅਤੇ ਪਾਣੀ ਦੂਸਰਾ ਡੰਗਰਾਂ ਪਸ਼ੂਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਜੋ ਇੱਕ ਇਨਸਾਨ ਆਪਣਾ ਟੱਬਰ ਪਾਉਣ ਵਾਸਤੇ ਇੱਕ ਜਾਂ ਦੋ ਡੰਗਰ ਰੱਖਦਾ ਉਹਨੂੰ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ। ਦੂਜਾ ਜੋ ਪਾਣੀ ਘਰਾਂ ਵਿੱਚ ਪੀਂਦੇ ਆ ਉਹ ਵੀ ਸਾਡੀ ਸਰਦੀਆਂ ਨੂੰ ਵੀ ਸਮੱਸਿਆ, ਗਰਮੀਆਂ ਨੂੰ ਵੀ ਸਮੱਸਿਆ ਰਹਿੰਦੀ। ਬਾਕੀ ਜੋ ਸਾਡੇ ਬਜ਼ੁਰਗ ਹੈ ਕੋਈ ਹੋਸਪਿਟਲਾਂ ਜਾ ਰਿਹਾ ਉੱਥੇ ਬਹੁਤ ਸਮੱਸਿਆ, ਕਹਿੰਦੇ ਕਿ ਹੋਸਪਿਟਲ ਅੱਗੇ ਨਾਲ ਸੁਧਰ ਗਏ, ਕੋਈ ਫਰਕ ਨਹੀਂ ਪਿਆ, ਸੇਮ ਦੇ ਸੇਮ ਵੈਸੇ ਹੀ। ਤਾਂ ਬਾਕੀ ਸਾਡੇ ਜ਼ਿਆਦਾ ਕਰਕੇ ਜਿਹੜੀਆਂ ਬੱਸਾਂ ਆਉਂਦੀ ਜਾਂਦੀ ਅੱਗੇ ਲੱਗੀਆਂ ਸੀ ਉਹ ਵੀ ਬੰਦ ਹੋ ਚੁੱਕੀਆਂ। ਰੋਡਾਂ ਦੀ ਹਾਲਤ ਬਹੁਤ ਮਾੜੀ ਹੈ, ਯਾਨੀ ਕਿ ਰੋਡ ਦੀ ਵੀ ਹਾਲਤ ਮਾੜੀ ਹੈ ਔਰ ਪਿੰਡ ਦੇ ਵਿੱਚ ਸਮੱਸਿਆ ਕਾਫੀ ਹੈਗੀਆਂ। ਹਾਂਜੀ ਬਹੁਤ ਸਮੱਸਿਆ ਹੈਗੀ। ਬਾਕੀ ਨਾਲੀਆਂ ਗਲੀਆਂ ਇਹ ਤੋਂ ਬਣਦੀਆਂ, ਪਹਿਲਾਂ ਤੋਂ ਆਈਆਂ, ਇਹ ਬਣਦੀਆਂ ਰਹਿਣੀਆਂ। ਬਾਕੀ ਦੂਜਾ ਸਾਡੇ ਜਿਹਦੇ ਗਰੀਬ ਪਰਿਵਾਰ ਦਾ ਕੋਈ ਫੰਕਸ਼ਨ ਹੁੰਦਾ, ਕੋਈ ਮੈਰਿਜ ਹੁੰਦੀ, ਕੋਈ ਠਾਕੇ ਪੈਂਦੇ ਹੈ, ਇੱਕ ਸਾਡੇ ਪਿੰਡ ਵਿੱਚ ਛੋਟਾ ਸਾ ਪੈਲਸ ਵਗੈਰਾ ਹੋਣਾ ਚਾਹੀਦਾ ਜੋ ਕਿ ਇੱਕ ਬੰਦਾ ਆਰਾਮ ਨਾਲ ਆਪਣੇ ਘਰ ਦਾ ਕੋਈ ਵੀ ਫੰਕਸ਼ਨ ਕਰ ਸਕਦਾ। ਇਹ ਸਾਡੇ ਪਿੰਡਾਂ ਵਿੱਚ ਕੰਢੀ ਏਰੀਏ 'ਚ ਬਿਲਕੁਲ ਜ਼ੀਰੋ ਪਹਿਲੇ ਜੈਸੀ। ਠੀਕ ਹੈ ਜੀ। ਸਰ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਮੁਖਤਿਆਰ ਸਿੰਘ। ਮੁਖਤਿਆਰ ਸਿੰਘ ਜੀ, ਕੀ ਲੱਗਦਾ ਤੁਹਾਨੂੰ, ਤੁਸੀਂ ਵੀ ਮੈਂ ਸੁਣਿਆ ਕਿ ਪੰਚਾਇਤੀ ਹੁਣ ਨਵੀਂ ਇਲੈਕਸ਼ਨਾਂ ਵਿੱਚ ਸ਼ਾਇਦ ਤੁਸੀਂ ਸਰਪੰਚੀ ਦੀ ਚੋਣ ਲੜੋਂਗੇ, ਕੀ ਲੱਗਦਾ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਨਵੀਆਂ ਬਣਦੀਆਂ ਰਹੀਆਂ ਅਤੇ ਕੀ ਕਮੀ ਰਹਿ ਗਈ ਕਿਤੇ? ਕਮੀ ਤਾਂ ਚਲੋ ਦੇਖੋ, ਜਿਹੜੀ ਵੀ ਪੰਚਾਇਤ ਆਉਂਦੀ ਹੈ ਉਹ ਆਪਣੀ ਕੋਸ਼ਿਸ਼ ਪੂਰੀ ਕਰਦੀ ਹੈ ਵੀ ਕੋਈ ਪ੍ਰੋਬਲਮ, ਲੇਕਿਨ ਪ੍ਰੋਬਲਮ ਵੈਸੇ ਆਮ ਪਿੰਡ ਵਾਸੀਆਂ ਨੇ ਸਾਰਿਆਂ ਦੱਸ ਦਿੱਤੀ ਹੈ। ਮੇਨ ਪ੍ਰੋਬਲਮ ਸਾਡੇ ਪਿੰਡ ਵਿੱਚ ਪਾਣੀ ਦੀ ਹੈ, ਜੋ ਯਾਨੀ ਕਿ ਬਹੁਤ ਜ਼ਰੂਰੀ, ਹਰ ਇੱਕ ਇਨਸਾਨ ਵਾਸਤੇ ਪਾਣੀ ਜ਼ਰੂਰੀ ਹੈ। ਪਾਣੀ ਦੀ ਪ੍ਰੋਬਲਮ ਇੰਨੇ ਸਾਲਾਂ ਤੋਂ ਅਜੇ ਤੱਕ ਹੱਲ ਨਹੀਂ ਹੋਈ, ਅਤੇ ਉਹ ਇੱਕ ਬੋਰ ਕਰਾਇਆ, ਉਹ ਵੀ ਉਹਦਾ ਵੀ ਕੋਈ ਅਜੇ ਤੱਕ ਲੋਕਾਂ ਨੂੰ, ਯਾਨੀ ਐਸੀ ਮਹੱਲੇ 'ਚ ਲਾਇਆ ਬੋਰ, ਲੇਕਿਨ ਅਜੇ ਤੱਕ ਮੇਰਾ ਖਿਆਲ ਉਹ ਲੋਕਾਂ ਨੂੰ ਪਾਣੀ ਮਿਲਣਾ ਸ਼ੁਰੂ ਨਹੀਂ ਹੋਇਆ। ਜਦੋਂ ਤੁਸੀਂ ਮੰਨ ਲਓ ਸਰਪੰਚ ਅੱਗੇ ਇਲੈਕਸ਼ਨ 'ਚ ਖੜੋਂਗੇ, ਤੁਹਾਡੇ ਕੀ ਵਿਜ਼ਨ ਹੈ, ਕੀ ਤੁਸੀਂ ਫਿਊਚਰ ਦੇ ਲਈ ਪਿੰਡ ਦੇ ਲਈ ਕੋਈ ਨਵੀਂ ਚੀਜ਼ ਜਾਂ ਪਲਾਨ ਲੈ ਕੇ ਆਓ? ਪਲਾਨ ਸਭ ਤੋਂ ਪਹਿਲੇ ਤਾਂ ਪਿੰਡ ਵਾਸੀਆਂ ਨੂੰ ਪਾਣੀ ਚਾਹੀਦਾ। ਦੂਸਰਾ, ਸਾਡੇ ਪਿੰਡ ਵਿੱਚ ਜਿਹੜੇ ਜਿੰਨੇ ਵੀ ਕਿਸਾਨ, ਛੋਟੇ ਛੋਟੇ ਕਿਸਾਨ, ਥੋੜ੍ਹੀਆਂ ਜ਼ਮੀਨਾਂ ਆ, ਇੱਕ ਇਹ ਸਾਡੇ ਪਿੰਡ ਏਰੀਏ ਵਿੱਚ ਮਾਈਨਿੰਗ ਦੀ ਬਹੁਤ ਸਮੱਸਿਆ ਹੈ। ਸਾਡੇ ਇਲਾਕੇ ਦੇ ਨਾਲ ਨਹਿਰ ਦੇ ਕੰਢੇ ਸਾਡੇ ਜਗਿਆਲ ਏਰੀਏ ਵਿੱਚ ਹੀ ਉਹ ਕ੍ਰੈਸ਼ਰ ਲੱਗਾ ਹੈ, ਅਤੇ ਜਿਨ੍ਹਾਂ ਨੇ ਜ਼ਮੀਨਾਂ ਪਟਾ ਲਈਆਂ ਉਹ ਤਾਂ ਬਰਬਾਦ ਹੋਏ ਹੋਏ ਆ, ਜਿਹੜੇ ਜ਼ਮੀਨਾਂ ਰਹਿ ਵੀ ਗਈਆਂ ਉਹ ਵੀ ਖਤਮ ਹੋ ਗਏ ਕਿਸਾਨ। ਇਹ ਵੀ ਬੜੀ ਵੱਡੀ ਸਮੱਸਿਆ ਹੈਗੀ। ਮੇਨ ਪ੍ਰੋਬਲਮ ਇਹ ਹੈ ਸਾਡੀ ਮਾਈਨਿੰਗ ਦੀ ਪ੍ਰੋਬਲਮ ਬਹੁਤ ਸਾਡੇ ਪਿੰਡ ਵਿੱਚ, ਯਾਨੀ ਕਿ ਇਸ ਵੇਲੇ ਥੋੜ੍ਹਾ ਬਚਾ ਸਕਾ, ਹੁਣ ਤਾਂ ਬਹੁਤ ਹੀ ਪ੍ਰੋਬਲਮ ਹੋ ਗਈ। ਇਹ ਸਰਕਾਰ, ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਪਿੰਡ ਤਰਫੋਂ ਵੀ ਸਰਕਾਰਾਂ ਨੂੰ ਵੀ ਇਹ ਮਾਈਨਿੰਗ ਜਿਹੜੀ ਬੰਦ ਹੋਣੀ ਚਾਹੀਦੀ ਹੈ, ਕ੍ਰੈਸ਼ਰ ਬੰਦ ਹੋਣੇ ਚਾਹੀਦੇ। ਠੀਕ ਹੈ, ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ। ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸੱਥ 'ਤੇ ਰੋਜ਼ ਲੋਕ ਇਸੇ ਤਰ੍ਹਾਂ ਬਹਿ ਕੇ ਇੱਥੇ ਆਪਣਾ ਸਮਾਂ ਬਤੀਤ ਕਰਦੇ ਨੇ। ਸਰ ਕੀ ਨਾਮ ਤੁਹਾਡਾ? ਮੇਰਾ ਨਾਂ ਜੀ ਹਰਮੀਨ ਸਿੰਘ ਲੰਬੜਦਾਰ। ਅੱਛਾ, ਪਿੰਡ ਦੇ ਲੰਬੜਦਾਰ ਹੋ? ਹਾਂਜੀ। ਠੀਕ ਹੈ। ਅੱਛਾ ਲੰਬੜਦਾਰ ਸਾਹਿਬ, ਇਹ ਗੱਲ ਦੱਸੋ ਕਿਉਂਕਿ ਲੰਬੜਦਾਰ ਨੂੰ ਪਿੰਡ ਦੇ ਬਾਰੇ ਬਹੁਤ ਜਾਣਕਾਰੀ, ਕਿਉਂਕਿ ਸਰਪੰਚੀ ਤਾਂ ਹਰ 5 ਸਾਲ ਬਾਅਦ ਸਰਪੰਚ ਬਦਲ ਜਾਂਦਾ, ਇਲੈਕਸ਼ਨ ਹੁੰਦੇ ਆ, ਪਰ ਲੰਬੜਦਾਰ ਤਾਂ ਹਰ ਸਮੇਂ ਇੱਕੋ ਹੀ ਰਹਿੰਦਾ ਆ। ਤੁਸੀਂ ਦੱਸੋ ਕਿ ਤੁਹਾਡੇ ਨਜ਼ਰ ਵਿੱਚ ਤੁਹਾਡੇ ਪਿੰਡ ਦੇ ਕਿਹੜੇ ਕਿਹੜੇ ਮੁੱਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚੀ ਵਿੱਚ ਕਿਹੜੇ ਹੱਲ ਚਾਹੁੰਦੇ ਹੋ ਤੁਸੀਂ? ਦੇਖੋ ਸਰ, ਮੁੱਦਿਆਂ ਦੀ ਗੱਲ ਇੱਦਾਂ ਹੈ ਕਿ ਜਦੋਂ ਵੀ ਪੰਚਾਇਤ ਬਣਦੀ ਹੈ, ਹਰ ਵਾਰ ਜਦੋਂ ਵੀ ਕੋਈ ਬੰਦਾ ਬਣਾਇਆ ਜਾਂਦਾ, ਅਸੀਂ ਸੋਚਦੇ ਨੇ ਯਾਰ ਇਹ ਬੰਦਾ ਵਧੀਆ, ਇਹਨੂੰ ਬਣਾਇਆ ਜਾਏ, ਇਹ ਬੰਦਾ ਠੀਕ ਹੈ। ਸ਼ਾਇਦ ਮੇਰੇ ਹਿਸਾਬ ਨਾਲ ਤਾਂ ਜਦੋਂ ਸਰਪੰਚ ਬਣਦਾ ਉਹ ਸਰਪੰਚ ਗਲਤ ਵੀ ਨਹੀਂ ਹੁੰਦਾ ਜਿਹਨੂੰ ਚੁਣਿਆ ਜਾਂਦਾ ਹੈਗਾ, ਲੇਕਿਨ ਉਹਨੂੰ ਸੁਸਾਇਟੀ ਕਿਹੋ ਜਿਹੀ ਮਿਲ ਜਾਂਦੀ, ਇਹੋ ਜਿਹੀ ਸੁਸਾਇਟੀ ਦੇ ਵਿੱਚ ਪੈ ਜਾਂਦਾ ਬੰਦਾ, ਉਹ ਚਾਹੁੰਦਾ ਹੋਇਆ ਵੀ ਕੁਛ ਬੰਦਿਆਂ ਦੇ ਹੱਥ ਵਿੱਚ ਆ ਕੇ ਆਪਣੀ ਮਰਜ਼ੀ ਨਾਲ ਕੰਮ ਕਰ ਨਹੀਂ ਸਕਦਾ। ਜਿੱਦਾਂ ਕਿ ਅਸੀਂ ਤੁਹਾਨੂੰ ਆਪਣੀ ਪਿਛਲੀ ਪੰਚਾਇਤ ਦੀ ਮੈਂ ਕਈ ਕੁਛ ਕਮੀਆਂ ਦੱਸ ਸਕਦਾ ਕਿ ਉਹਨਾਂ ਨੇ ਕਈ ਕੰਮ ਕੀਤੇ ਜਿੱਦ ਦੇ ਮਸਲੇ ਦੇ ਨਾਲ, ਜਿੱਦ ਲੈ ਕੇ ਵਿਕਾਸ ਦੇ ਤੌਰ 'ਤੇ ਨਹੀਂ ਕੀਤੇ, ਜਿੱਦ ਨਾਲ ਕੀਤੇ, ਜਿਹਦੇ ਵਿੱਚ ਪਿੰਡ ਨੂੰ ਇੱਕ ਪੈਸੇ ਦਾ ਕੋਈ ਫਾਇਦਾ ਨਹੀਂ ਹੋਇਆ, ਨਜਾਇਜ਼ ਖਰਚੇ ਬਹੁਤ ਜ਼ਿਆਦਾ ਹੋਏ। ਜੇ ਤੁਹਾਨੂੰ ਮੈਂ ਕਹੋ ਤਾਂ ਉਹ ਮੁੱਦੇ ਦੱਸ ਵੀ ਸਕਦਾ। ਆਉਣ ਵਾਲੇ ਸਮੇਂ 'ਚ ਕੀ ਤੁਸੀਂ ਹੁਣ ਚਾਹੁੰਦੇ ਹੋ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਕਾਰਜ ਚਾਹੁੰਦੇ? ਇਹੀ ਚਾਹੁੰਦੇ ਹਾਂ ਕਿ ਕੋਈ ਵੀ ਬੰਦਾ ਆਵੇ ਉਹ ਨਿਰਪੱਖ ਕੰਮ ਕਰਨਾ
ਜਿਹੜਾ ਚਾਹੁੰਦਾ ਉਹ ਬੰਦਾ ਅੱਗੇ ਆਵੇ, ਇਹ ਨਹੀਂ ਕਿ ਮੈਂ ਫਲਾਣੇ ਬੰਦੇ ਦੇ ਪਿੱਛੇ ਲੱਗ ਕੇ ਕੰਮ ਕਰਾਂ, ਮੈਂ ਉਹਦੇ ਪਿੱਛੇ ਲੱਗ ਕੇ ਕਰਾਂ, ਤਾਂ ਕਿ ਜੋ ਪਿੰਡ ਦੇ ਵਾਸਤੇ ਖੁੱਲ੍ਹ ਕੇ ਸੱਚ ਨੂੰ ਸੱਚ, ਝੂਠ ਨੂੰ ਝੂਠ, ਗਲਤ ਨੂੰ ਗਲਤ ਕਹਿਣ ਵਾਲਾ, ਹਿੰਮਤ ਰੱਖਣ ਵਾਲਾ ਬੰਦਾ ਚਾਹੀਦਾ। ਇਹ ਨਹੀਂ ਕਿ ਚਾਪਲੂਸੀ ਕਰਨ ਵਾਲਾ ਬੰਦਾ ਹੋਵੇ ਕੋਈ, ਮੈਂ ਅੱਜ ਉਸ ਪਾਰਟੀ ਦੇ ਨਾਲ ਜੁੜਿਆ ਮੈਂ ਉਸ ਪਾਰਟੀ ਦੀ ਚਾਪਲੂਸੀ ਕਰਾਂ, ਪਾਰਟੀ ਬਾਜੀ ਤੋਂ ਉੱਠ ਕੇ ਜਿਹੜਾ ਪਿੰਡ ਦੇ ਵਿਕਾਸ ਲਈ ਸੋਚਣਾ ਚਾਹੀਦਾ। ਦੇਖੋ ਜੀ, ਪਾਰਟੀਆਂ ਨੇ ਅੱਜ ਤੱਕ ਮੇਰੇ ਹਿਸਾਬ ਦੇ ਵਿੱਚ, ਜਿੱਦਾਂ ਹੁਣ ਇੱਥੇ ਇੱਕ ਸਰਦਾਰ ਜੀ ਨੇ ਗੱਲ ਕੀਤੀ ਹੈ ਕਿ 47 ਤੋਂ ਬਾਅਦ ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਵੀ ਬੰਦਾ ਸਾਡੇ ਜਿਹੜੇ ਪਿੰਡ ਦੇ ਮੁੱਦੇ ਇੱਦਾਂ ਦੇ ਇੱਦਾਂ ਹੀ ਪਏ ਹਨ। ਸਾਡੇ ਪਿੰਡ ਦੇ ਵਿੱਚ ਮੈਂ ਪਿਛਲੇ ਕਈ ਸਾਲਾਂ ਤੋਂ ਸੁਣਦਾ ਆ ਰਿਹਾ ਕਿ ਇੱਕ ਸਿਰਫ ਸ਼ਾਹੀ ਸਾਹਿਬ ਸੀਗੇ ਜੋ BJP ਦੇ, ਉਹਨਾਂ ਨੇ ਦੋ ਕੰਮ ਕਰਾਏ। ਅੱਜ ਤੱਕ ਲੋਕ ਉਹਨਾਂ ਦੇ ਐਗਜ਼ਾਮਪਲ ਦਿੰਦੇ ਨੇ ਕਿ ਉਹਨਾਂ ਨੇ ਦੋ ਕੰਮ ਕਰਾਏ ਨੇ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈਗਾ। ਅਸੀਂ ਉਹ ਚਾਹ ਰਹੇ ਹਾਂ ਕਿ ਇੱਦਾਂ ਦਾ ਹੀ ਕੋਈ, ਚਾਹੇ MLA ਹੋਵੇ ਚਾਹੇ ਸਰਪੰਚ ਹੋਵੇ, MLA ਦੇ ਨਾਲ ਜੁੜ ਕੇ ਸਰਪੰਚ ਕੰਮ ਕਰਵਾ ਸਕੇ। ਸ਼ਾਇਦ ਉਸ ਵੇਲੇ ਇਹਨਾਂ ਦਾ ਕੰਬੀਨੇਸ਼ਨ ਠੀਕ ਸੀਗਾ, ਜਿਹੜੀ ਸ਼ਾਹੀ ਸਾਹਿਬ ਵੀ ਅਤੇ ਸਰਪੰਚ ਸਾਹਿਬ ਉਸ ਟਾਈਮ ਜਿਹੜੇ ਸੀਗੇ, ਉਹਨਾਂ ਨੇ ਮਿਲ ਕੇ ਵਧੀਆ ਦੋ ਤਿੰਨ ਕੰਮ ਕਰਾਏ। ਅੱਜ ਤੱਕ ਉਹ ਸਾਡੇ ਪਿੰਡ ਦੀ ਇੱਕ ਐਗਜ਼ਾਮਪਲ ਹੈਗੀ। ਸਾਡੇ ਪਿੰਡ ਦੇ ਵਿੱਚ ਇਹ ਦੋ ਕੰਮ, ਉਹ ਭਾਵੇਂ ਜਿੱਦਾਂ ਕਿ ਸਾਡਾ ਇਹ ਮੇਨ ਰੋਡ ਬਣਿਆ, ਪੱਕਾ ਕਰਿਆ ਉਹਨਾਂ ਨੇ, ਇੱਕ ਸੋਲਰ ਜਿਹੜਾ ਇਰੀਗੇਸ਼ਨ ਦਾ ਪਾਣੀ ਦਾ ਇੰਤਜ਼ਾਮ ਕੀਤਾ, ਭਾਵੇਂ ਉਹ ਸਿਰੇ ਚੜਿਆ ਜਾਂ ਨਹੀਂ ਚੜਿਆ, ਲੇਕਿਨ ਉਹਨਾਂ ਨੇ ਸਰਕਾਰ ਤੱਕ ਮੰਗ ਰੱਖੀ ਹੈ, ਉਹ ਕੰਮ ਉਹਨਾਂ ਨੇ ਕਰਵਾਇਆ, ਖਰਚਾ ਕਰਾਇਆ ਸਰਕਾਰ ਦਾ। ਉਹ ਅੱਗੇ ਸਾਡੇ ਵਿੱਚ ਕੁਛ ਜਿਹੜੇ ਨੁਮਾਇੰਦੇ ਸੀਗੇ, ਉਹਨਾਂ ਨੇ ਆਪਣੇ ਪਰਸਨਲ ਸਵਾਰਥਾਂ ਵਾਸਤੇ ਉਹਨਾਂ ਨੂੰ ਯੂਜ ਕੀਤਾ, ਨਾ ਕਿ ਪੂਰੇ ਪਿੰਡ ਦੇ ਵਿਕਾਸ ਵਾਸਤੇ। ਗੱਲ ਹੁਣੇ ਆਉਂਦੀ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਪੰਚਾਇਤ ਚੁਣਗੇ ਨਿਰਪੱਖ ਚੁਣਨਾ ਚਾਹੁੰਦੇ? ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਕਿ ਬੰਦਾ ਕੋਈ ਵੀ ਹੋਵੇ, ਉਹ ਸੱਚ ਨੂੰ ਸੱਚ, ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਹੋਵੇ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਪਾਰਟੀ ਦਾ ਅਸੀਂ ਇਸ ਵਿੱਚ ਪਿੰਡ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਇਸ ਪਾਰਟੀ ਦਾ ਬੰਦਾ ਹੋਵੇ, ਲੇਕਿਨ ਸੱਚ ਨੂੰ ਸੱਚ ਕਹਿਣ ਵਾਲਾ ਬੰਦਾ ਹੋਵੇ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪਿੰਡ ਜੁਗਿਆਲ ਦੇ ਲੋਕ ਬਹੁਤ ਹੀ ਉਤਸ਼ਾਹਿਤ ਨੇ ਆਉਣ ਵਾਲੇ ਸਮੇਂ ਦੇ ਸਰਪੰਚੀ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ, ਉੱਥੇ ਹੀ ਪਿੰਡ ਦੇ ਲੋਕਾਂ ਨੇ ਮੁੱਦੇ ਵੀ ਆਪਣੇ ਦੱਸੇ ਨੇ ਕਿ ਕਿਸ ਮੁੱਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਵਾਰ ਉਹ ਆਪਣਾ ਪਿੰਡ ਦਾ ਨੁਮਾਇੰਦਾ ਜਿਹੜਾ ਚੁਣਨਗੇ। ਔਰ ਖਾਸ ਜਿਹੜੀ ਸਮੱਸਿਆ ਵਾ ਕੰਢੀ ਖੇਤਰ ਦੇ ਲੋਕ ਨੂੰ, ਖਾਸ ਕਰ ਜੁਗਿਆਲ ਪਿੰਡ ਨੂੰ ਹੈ, ਉਹ ਪੀਣ ਵਾਲਾ ਪਾਣੀ ਜਿਹੜਾ ਆ, ਇਸ ਸਮੱਸਿਆ ਤੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਲੋਕ ਜਿਹੜੇ ਨੇ ਫੇਸ ਕਰਦੇ ਆ ਰਹੇ ਨੇ। ਅਤੇ ਉੱਥੇ ਉਹਨਾਂ ਨੇ ਇਹ ਵੀ ਮਤਲਬ ਜਿਹੜੀ ਮੰਗ ਆਪਣੀ ਰੱਖੀ ਹੈ ਕਿ ਇਸ ਵਾਰ ਸਰਪੰਚ ਉਹ ਚੁਣਿਆ ਜਾਏਗਾ ਜਿਹੜਾ ਨਿਰਪੱਖ ਔਰ ਨਿਡਰ ਹੋਊਗਾ, ਔਰ ਕਿਸੇ ਪਾਰਟੀ ਬਾਜੀ ਨਾਲ ਤਾਲੁਕਾਤ ਨਹੀਂ ਰੱਖੇ, ਸਿਰਫ ਪਿੰਡ ਦੇ ਵਿਕਾਸ ਲਈ ਕੰਮ ਕਰੇਗਾ।